ਅਸੀਂ ਉਹ ਬੰਦਾ ਅੱਜ ਗ੍ਰਿਫਤਾਰ ਕਰ ਲਿਆ, ਰਵਿੰਦਰ ਸਿੰਘ ਗਿੱਲ, ਲੁਧਿਆਣਾ ਦਾ ਰਹਿਣ ਵਾਲਾ, ਇਲੀਅਸ ਬਿੰਦਰ, ਉਹਨੂੰ ਅਸੀਂ ਗ੍ਰਿਫਤਾਰ ਕਰ ਲਿਆ। ਕਿੱਥੇ ਤੋਂ ਗ੍ਰਿਫਤਾਰ ਕੀਤਾ ਜੀ? ਉਹ ਇੱਥੇ ਪੇਸ਼ ਸਰ, ਜਿਹੜਾ ਪਹਿਲਾਂ ਗ੍ਰਿਫਤਾਰ ਕੀਤਾ ਸੀਗਾ ਉਹ ਕੌਣ ਸੀਗਾ? ਉਹ ਸਾਡਾ ਜਿਹੜਾ ਹੈਗਾ ਜਗਰੂਪ ਸਿੰਘ ਸੀ। ਅੱਜ ਕੁੜੀ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਆ, ਉਹ ਕਹਿੰਦੇ ਉਹਨੇ ਕਿਹਾ ਵੀ ਉਹ ਗਲਤ ਬੰਦਾ ਗ੍ਰਿਫਤਾਰ ਕੀਤਾ ਵਾ। ਨਹੀਂ, ਬੁਲਾਉਣ ਵਾਲਾ ਬੰਦਾ ਹੀ ਜਗਰੂਪ ਆ ਉਹਨਾਂ ਨੂੰ, ਜਿਹੜਾ ਅੱਜ ਅਸੀਂ ਗ੍ਰਿਫਤਾਰ ਕੀਤਾ ਹੈ ਮਿੰਦਰ ਸਿੰਘ, ਉਹਨੇ ਡਿਸਕਲੋਜ਼ ਕੀਤਾ ਵੀ ਮੈਨੂੰ ਬੁਲਾਉਣ ਵਾਲਾ ਜਗਰੂਪ ਸਿੰਘ ਆ ਵਿਆਹ 'ਤੇ। ਸਰ ਉਹਨੇ ਇਹ ਵੀ ਇਲਜ਼ਾਮ ਲਾਇਆ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਮੈਨੂੰ ਆਈਡੈਂਟੀਫਿਕੇਸ਼ਨ ਲਈ ਸਮਰਾਲਾ ਪੁਲਿਸ ਵੱਲੋਂ ਸੱਦਿਆ ਨਹੀਂ ਗਿਆ। ਮੈਂ ਉਹਨਾਂ ਨੂੰ 3 ਮੈਸੇਜ ਭੇਜੇ ਨੇ। ਔਰ ਹੁਣ ਹੋਰ ਕਿਹੜੇ ਕਿਹੜੇ ਆਰੋਪੀ ਨੇ ਜਿਹੜੇ ਗ੍ਰਿਫਤਾਰੀ ਤੋਂ ਬਾਹਰ ਬਾਹਰ ਨੇ? ਇੱਕ ਹੈ, ਉਹਦਾ ਨਾਂ ਕਲੀਅਰ ਨਹੀਂ ਹੈ ਅਜੇ, ਸੱਚਾ ਜਿਹਾ ਨਾਂ ਲੈਂਦੇ ਸੀਗੇ, ਉਹ ਵੀ ਜਲਦੀ ਗ੍ਰਿਫਤਾਰ ਕਰ ਲਾਂਗੇ। ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ ਜਿਹੜੇ ਪੁਲਿਸ ਮੁਲਾਜ਼ਮ ਬੈਠੇ ਨੇ ਆਲੇ ਵਾਲੇ, ਇੱਕ ਬੰਦਾ ਗੱਬੇ ਬਿਠਾਇਆ ਹੋਇਆ, ਉਹ ਕਿੱਦਾਂ? ਸਾਡਾ ਤਾਂ ਕੋਈ ਵੀਡੀਓ ਨੂੰ ਦੇਖੀ ਨਹੀਂ ਮੈਂ ਉਹ, ਵੈਸੇ ਸਾਡੀ ਕੋਈ ਪਾਰਟੀ ਨਹੀਂ ਹੈ ਇਹੋ ਜਿਹੀ ਜਿਹੜੀ ਮਤਲਬ ਉਹਨਾਂ 'ਤੇ ਵੀ ਕਾਰਵਾਈ ਕੀਤੀ ਜਾਊਗੀ। ਹਾਂ ਬਿਲਕੁਲ, ਜੇ ਤੁਹਾਡੀ ਕੋਈ ਵੀਡੀਓ ਤੁਹਾਡੇ ਕੋਲ ਹੈਗੀ ਸਾਨੂੰ ਪੇਸ਼ ਕਰ ਦਿਓ, ਅਤੇ ਅਸੀਂ ਉਹਦੀ ਆਈਡੈਂਟੀਫਾਈ ਕਰ ਲੈਂਦੇ ਹਾਂ। ਅਸੀਂ ਉਹ ਬੰਦਾ ਅੱਜ ਗ੍ਰਿਫਤਾਰ ਕਰ ਲਿਆ, ਰਵਿੰਦਰ ਸਿੰਘ ਗਿੱਲ, ਲੁਧਿਆਣਾ ਦਾ ਰਹਿਣ ਵਾਲਾ, ਇਲੀਅਸ ਬਿੰਦਰ, ਉਹਨੂੰ ਅਸੀਂ ਗ੍ਰਿਫਤਾਰ ਕਰ ਲਿਆ। ਕਿੱਥੇ ਤੋਂ ਗ੍ਰਿਫਤਾਰ ਕੀਤਾ ਜੀ? ਉਹ ਇੱਥੇ ਪੇਸ਼ ਸਰ, ਜਿਹੜਾ ਪਹਿਲਾਂ ਗ੍ਰਿਫਤਾਰ ਕੀਤਾ ਸੀਗਾ ਉਹ ਕੌਣ ਸੀਗਾ? ਉਹ ਸਾਡਾ ਜਿਹੜਾ ਹੈਗਾ ਜਗਰੂਪ ਸਿੰਘ ਸੀ। ਅੱਜ ਕੁੜੀ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਆ, ਉਹ ਕਹਿੰਦੇ ਉਹਨੇ ਕਿਹਾ ਵੀ ਉਹ ਗਲਤ ਬੰਦਾ ਗ੍ਰਿਫਤਾਰ ਕੀਤਾ ਵਾ। ਨਹੀਂ, ਬੁਲਾਉਣ ਵਾਲਾ ਬੰਦਾ ਹੀ ਜਗਰੂਪ ਆ ਉਹਨਾਂ ਨੂੰ, ਜਿਹੜਾ ਅੱਜ ਅਸੀਂ ਗ੍ਰਿਫਤਾਰ ਕੀਤਾ ਹੈ ਮਿੰਦਰ ਸਿੰਘ, ਉਹਨੇ ਡਿਸਕਲੋਜ਼ ਕੀਤਾ ਵੀ ਮੈਨੂੰ ਬੁਲਾਉਣ ਵਾਲਾ ਜਗਰੂਪ ਸਿੰਘ ਆ ਵਿਆਹ 'ਤੇ। ਸਰ ਉਹਨੇ ਇਹ ਵੀ ਇਲਜ਼ਾਮ ਲਾਇਆ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਮੈਨੂੰ ਆਈਡੈਂਟੀਫਿਕੇਸ਼ਨ ਲਈ ਸਮਰਾਲਾ ਪੁਲਿਸ ਵੱਲੋਂ ਸੱਦਿਆ ਨਹੀਂ ਗਿਆ। ਮੈਂ ਉਹਨਾਂ ਨੂੰ 3 ਮੈਸੇਜ ਭੇਜੇ ਨੇ। ਔਰ ਹੁਣ ਹੋਰ ਕਿਹੜੇ ਕਿਹੜੇ ਆਰੋਪੀ ਨੇ ਜਿਹੜੇ ਗ੍ਰਿਫਤਾਰੀ ਤੋਂ ਬਾਹਰ ਬਾਹਰ ਨੇ? ਇੱਕ ਹੈ, ਉਹਦਾ ਨਾਂ ਕਲੀਅਰ ਨਹੀਂ ਹੈ ਅਜੇ, ਸੱਚਾ ਜਿਹਾ ਨਾਂ ਲੈਂਦੇ ਸੀਗੇ, ਉਹ ਵੀ ਜਲਦੀ ਗ੍ਰਿਫਤਾਰ ਕਰ ਲਾਂਗੇ। ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ ਜਿਹੜੇ ਪੁਲਿਸ ਮੁਲਾਜ਼ਮ ਬੈਠੇ ਨੇ ਆਲੇ ਵਾਲੇ, ਇੱਕ ਬੰਦਾ ਗੱਬੇ ਬਿਠਾਇਆ ਹੋਇਆ, ਉਹ ਕਿੱਦਾਂ? ਸਾਡਾ ਤਾਂ ਕੋਈ ਵੀਡੀਓ ਨੂੰ ਦੇਖੀ ਨਹੀਂ ਮੈਂ ਉਹ, ਵੈਸੇ ਸਾਡੀ ਕੋਈ ਪਾਰਟੀ ਨਹੀਂ ਹੈ ਇਹੋ ਜਿਹੀ ਜਿਹੜੀ ਮਤਲਬ ਉਹਨਾਂ 'ਤੇ ਵੀ ਕਾਰਵਾਈ ਕੀਤੀ ਜਾਊਗੀ? ਹਾਂ ਬਿਲਕੁਲ, ਜੇ ਤੁਹਾਡੀ ਕੋਈ ਵੀਡੀਓ ਤੁਹਾਡੇ ਕੋਲ ਹੈਗੀ ਸਾਨੂੰ ਪੇਸ਼ ਕਰ ਦਿਓ, ਅਤੇ ਅਸੀਂ ਉਹਦੀ ਆਈਡੈਂਟੀਫਾਈ ਕਰ ਲੈਂਦੇ ਹਾਂ।